ਪਰੋ ਪੰਜਾਬੀ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਸ਼ ਸਿੰਘ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਆਮ ਆਮੀ ਪਾਰਟੀ ਦੇ ਐਮਐਲਏ ਦੇ ਉੱਪਰ ਈਡੀ ਦੀ ਰੇਡ ਹੋਈ ਹੈ ਜੀ ਆਂ ਦੱਸ ਦੇ ਕੇ ਕੁਲਵੰਤ ਸਿੰਘ ਹੁਣਾ ਦੇ ਉੱਪਰ ਈਡੀ ਨੇ ਰੇਡ ਕੀਤੀ ਔਰ ਈਡੀ ਦੀਆਂ ਕਈ ਟੀਮਾਂ ਜਿਹੜੀਆਂ ਨੇ ਮੁਹਾਲੀ ਸੈਕਟਰ 71 ਸਥਿਤ ਰਿਹਾਈ ਦੇ ਉੱਪਰ ਪਹੁੰਚੀਆਂ ਔਰ ਰੇਡ ਕੀਤੀ ਜਾ ਰਹੀ ਹੈ ਦਾਸਤਾਵੇਜ਼ ਜਿਹੜਿਆ ਖੰਘਾਲੇ ਜਾ ਰਿਹਾ ਆਪ ਐਮਐਲਏ ਕੁਲਵੰਤ ਸਿੰਘ ਹੁਣਾ ਦੇ ਉੱਪਰ ਈਡੀ ਦੀ ਰੇਡ ਪਈ ਹੈ ਜੀ ਆਂ ਦੱਦ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਹੁਣਾ ਦੇ ਘਰ ਔਰ ਦਫ਼ਤਰ ਦੇ ਉੱਪਰ ਰੇਡ ਕੀਤੀ ਗਈ ਹੈ ਵਕੋ ਵਕ ਟਿਕਾਣਿਆਂ ਦੇ ਉੱਪਰ ਇਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਟੀਮਾਂ ਜਿਹੜੀਆਂ ਪਹੁੰਚੀਆਂ ਨੇ ਔਰ ਵਕੋ ਵਕ ਤਰੀਕੇ ਦੇ ਨਾਲ ਜਿਹੜੀ ਆ ਰੇਡ ਕੀਤੀ ਜਾ ਰਹੀ ਹੈ ਡਾਕੂਮੈਂਟੇਸ਼ਨ ਕੀਤੀ ਜਾ ਰਹੀ ਹੈ ਦਫ਼ਤਰਾਂ ਦੇ ਵਿੱਚ ਰੇਡ ਕੀਤੀ ਔਰ ਨਾਲ ਹੀ ਰਿਹائش ਦੇ ਉੱਪਰ ਵੀ ਰੇਡ ਕੀਤੀ ਗਈ ਹੈ ਜੀਆਂ ਦਾ ਦੇ ਕੇ ਹਰੇਕ ਤਰ੍ਹਾਂ ਦੇ ਡਾਕੂਮੈਂਟ ਨੂੰ ਜਿਹੜਾ ਦੇਖਿਆ ਜਾ ਰਿਹਾ ਔਰ ਨਾਲ ਹੀ ਘਰ ਦੀ ਜਾਂ ਦਫ਼ਤਰਾਂ ਦੀ ਜ਼ਮੀਨ ਦੀ ਵੀ ਪਮਾਇਸ਼ ਕੀਤੀ ਜਾ ਰਹੀ ਹੈ ਏਡੀ ਦੇ ਵੱਡੇ ਅਧਿਕਾਰੀ ਮੌਕੇ ਤੇ ਪਹੁੰਚੇ ਐਮਐਲਏ ਕੁਲਵੰਤ ਸਿੰਘ ਜੋ ਕਿ ਸਾਬਕਾ ਐਮਐਲਏ ਬਲਬੀਰ ਸਿੰਘ ਸਿੱਧੂ ਨੂੰ ਹਰਾਇਆ ਕੇ ਐਮਐਲਏ ਬਣਦੇ ਆ ਤਾਂ ਉਸ ਦੌਰਾਨ ਜਿਹੜਾ ਸਭ ਤੋਂ ਵੱਧ ਜੇ ਗੱਲ ਕਰੀਏ ਤਾਂ ਸਭ ਤੋਂ ਵੱਧ ਜਿਹੜੇ ਇਸ ਵਾਰ ਐਮਐਲਏ ਆਮ ਆਦਮੀ ਪਾਰਟੀ ਦੇ ਚੁਣ ਕੇ ਆਏ ਤਾਂ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਧ ਜਾਇਦਾ ਜਿਨ੍ਹਾਂ ਨੇ ਸ਼ੋਅ ਕੀਤੀ ਤਾਂ ਕੁਲਵੰਤ ਸਿੰਘ ਉਹਨਾਂ ਦੇ ਵਿੱਚੋਂ ਮੋਹਰੀ ਸੀ ਤਾਂ ਦੱਸਦੇ ਕਿ ਕੁਲਵੰਤ ਸਿੰਘ ਉਹਨਾਂ ਨੂੰ ਲੈ ਕੇ ਲਗਾਤਾਰ ਚਰਚਾਵਾਂ ਚੱਲ ਰਹੀਆਂ ਸੀ ਪਿਛਲੇ ਕਈ ਦਿਨਾਂ ਤੋਂ ਇਹੜਾ ਕੋਸਰ-ਮੁਸਰ ਚੱਲ ਰਹੀ ਸੀ ਜਦ ਦੀ ਇਹ ਕਿ ਹੁਣ ਕੁਲਵੰਤ ਸਿੰਘ ਉਹਨਾਂ ਦੇ ਘਰ ਔਰ ਦਫ਼ਤਰਾਂ ਦੇ ਉੱਪਰ ਈਡੀ ਦੀ ਰੇਡ ਕੀਤੀ ਗਈ ਹੈ ਜੀਆਂ ਦੱਸਦੇ ਕਿ ਈਡੀ ਨੇ ਰੇਡ ਕੀਤੀ ਔਰ ਈਡੀ ਦੀਆਂ ਵੱਡੀਆਂ ਟੀਮਾਂ ਜਿਹੜੀਆਂ ਨੇ ਪਹੁੰਚੀਆਂ ਨੇ ਕੁਲਵੰਤ ਸਿੰਘ ਹੋਣਾ ਦੇ ਘਰ ਸੈਕਟਰ 71 ਸਤੇ ਤਰਿਆਜ ਦੇ ਉੱਪਰ ਵੀ ਪਹੁੰਚੀਆਂ ਔਰ ਨਾਲ ਦੀ ਨਾਲ ਤੁਹਾਨੂੰ ਦੱਸਦੇ ਕਿ ਵਕੋ ਵਕ ਦਫ਼ਤਰਾਂ ਆਫਿਸ ਦੇ ਵਿੱਚ ਜਿਹੜਾ ਕੁਲਵੰਤ ਸਿੰਘ ਹੋਣਾ ਦੇ ਰੇਡ ਕੀਤੀ ਜਾ ਰਹੀ ਹੈ ਛਾਪੇ ਮਾਰੀ ਹੋ ਰਹੀ ਹੈ ਔਰ ਵਕੋ ਵਕ ਟਿਕਾਣਿਆਂ ਦੇ ਉੱਪਰ ਜਾ ਕੇ ੜੀ ਦੀਆਂ ਟੀਮਾਂ ਦੇ ਵੱਲੋਂ ਜਿਹੜਾ ਸਭ ਡਾਕੂਮੈਂਟੇਸ਼ਨ ਜਿਹੜੀ ਹੈ ਕੀਤੀ ਜਾ ਰਹੀ ਹੈ ਹਰੇਕ ਤਰ੍ਹਾਂ ਦੇ ਦਸਤਾਵੇਜ਼ ਖੰਘਾਲੇ ਜਾ ਰਹੇ ਨੇ ਤਾਂ ਦੱਸਦੇ ਕਿ ਮੁਹਾਲੀ ਤੋਂ ਐਮਐਲਏ ਆਪ ਦੇ ਐਮਐਲਏ ਕੁਲਵੰਤ ਸਿੰਘ ਹੋਣਾ ਦੇ ਘਰ ਤੇ Hai, ED ਦੀ ਰੇਡ ਪਈ ਹੈ ED ਲਗਾਤਾਰ ਜਿਹੜਾ ਕਿਹਾ ਜਾ ਰਿਹਾ ਹੈ ਕਿ ED ਦੀ ਰਡਾਰ ਤੇ ਕਾਫੀ ਟਾਈਮ ਤੋਂ ਚੱਲ ਰਹੀ ਸੀ MLA ਕੁਲਵੰਤ ਸਿੰਘ ਲਗਾਤਾਰ ED ਦੀ ਰਡਾਰ ਦੇ ਉੱਪਰ ਚੱਲ ਰਹੀ ਸੀ ਤੇ ਆਖਰਕਾਰ ਅੱਜ ਜਿਹੜਾ ਸਵੇਰੇ ਸਵੇਰੇ ED ਦੀਆਂ ਟੀਮਾਂ ਜਿਹੜੀਆਂ ਨੇ ਪਹੁੰਚਦੀਆਂ ਕੁਲਵੰਤ ਸਿੰਘ ਹੋਣਾ ਦੇ ਘਰ ਔਰ ਉਸ ਤੋਂ ਬਾਅਦ ਉਹਨਾਂ ਦੇ ਦਫ਼ਤਰਾਂ ਦੇ ਉੱਪਰ ਵੀ ਜਾ ਕੇ ਜਿਹੜਾ ਪੂਰੀ ਦੀ ਪੂਰੀ ਰੇਡ ਜਿਹੜੀ ਹੈ ਕੀਤੀ ਜਾਂਦੀ ਹਾਲਾਂਕਿ ਕਿਹੜੇ ਮਾਮਲੇ ਦੇ ਵਿੱਚ ਕੀਤੀ ਗਈ ਹੈ ਕੋਈ ਖਾਸ ਜਿਹੜਾ ਕਿਹੜਾ ਮਾਮਲਾ ਉਸਦੇ ਬਾਰੇ ਹਜੇ ਤੱਕ ਕੋਈ ਵੀ ਜਿਹੜੀ ਹੈ ਜਾਣਕਾਰੀ ਨਹੀਂ ਆਈ ਹੈ ਪਰ ਫਿਲਹਾਲ ਜੋ ਮੌਕੇ ਦੀ ਜਾਣਕਾਰੀ ਤੁਹਾਨੂੰ ਦੇ ਰਿਹਾ ਫਿਲਹਾਲ ਮੁੱਢਲੀ ਜੋ ਜਾਣਕਾਰੀ ਆ ਰਹੀ ਹੈ ਕਿ ED ਦੇ ਵੱਡੇ ਅਫਸਰ ਜਿਹੜੇ ਪਹੁੰਚੇ ਹੋਏ ਨੇ ਔਰ ਕਈ ਟੀਮਾਂ ED ਦੀਆਂ છાપે ਮਾਰੀਆਂ ਕਰ ਰਹੀਆਂ ਨੇ ਤਾਂ ਦੱਸਦੇ ਕਿ ਕੱਲ ਹੀ ਐਕਸਾਈਜ਼ ਪਾਲਿਸੀ ਦੇ ਵਿੱਚ ਅਰਵਿੰਦ ਕੇਜੀਵਾਲ ਨੂੰ ਸੰਬੰਧ ਹੁੰਦੇ ਆ ਔਰ ਦੱਸਦੇ ਕਿ ਅਪ੍ਰੈਲ ਮਹੀਨੇ ਵਿੱਚ ਪਹਿਲਾਂ ਸੀਬੀਆਈ ਦੇ ਵੱਲੋਂ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਹੁਣ ਉਸ ਤੋਂ ਬਾਅਦ ਪੰਜਾਬ ਦੇ ਉੱਪਰ ਜਿਹੜਾ ਈਡੀ ਦੇ ਰਡਾਰ ਦੇ ਉੱਪਰ ਨੇ ਆਮ ਆਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਕੁਲਵੰਤ ਸਿੰਘ ਹੁਣਾਂ ਦੇ ਘਰ ਦੇ ਉੱਪਰ ਔਰ ਦਫ਼ਤਰਾਂ ਦੇ ਉੱਪਰ ਰੇਡ ਕੀਤੀ ਜਾ ਰਹੀ ਆ ਵਕੋ ਵਕ ਦਫ਼ਤਰਾਂ ਵਕੋ ਵਕ ਜੋ 10 ਗੱਲ ਕਰੀਏ ਤਾਂ ਟਿਕਾਣਿਆਂ ਦੇ ਉੱਪਰ ਰੇਡ ਕੀਤੀ ਗਈ ਹੈ ਔਰ ਉਹਨਾਂ ਦੇ ਘਰ ਦੇ ਉੱਪਰ ਵੀ ਜਿਹੜੀ ਛਾਪੇਮਾਰੀ ਕੀਤੀ ਗਈ ਹੈ ਦਾਦੇ ਕੇ ਮੁਹਾਲੀ ਤੋਂ ਐਮਐਲਏ ਨੇ ਕੁਲਵੰਤ ਸਿੰਘ ਔਰ ਸਾਬਕਾ ਮੰਤਰੀ ਸਿਹਤ ਸਾਬਕਾ ਸਿਹਤ ਮੰਤਰੀ ਬਲਬੀਤ ਸਿੰਘ ਸਿੱਧੂ ਨੂੰ ਹਰਾ ਕੇ ਐਮਐਲਏ ਬਣਦੇ ਆ ਤੇ ਉਸ ਤੋਂ ਬਾਅਦ ਤਾਂ ਦੱਸਦੇ ਕਿ ਹੁਣ ਈਡੀ ਦੇ ਕਈ ਟਿਕਾਣਿਆਂ ਦੇ ਉੱਪਰ ਰੇਡ ਕੀਤੀ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਕਲਵੰਸ ਸਿੰਘ ਹੋਣਾ ਦੇ ਕਈ ਟਿਕਾਣਿਆਂ ਦੇ ਉੱਪਰ ਰੇਡ ਕੀਤੀ ਗਈ ਹੈ ਲਗਾਤਾਰ ਰੇਡੀਆਂ ਟੀਮਾਂ ਜਾਂਚ ਕਰ ਰਹੀਆਂ ਨੇ ਹਾਲਾਂਕਿ ਮਾਮਲਾ ਜਿਹੜਾ ਮਾਮਲਾ ਹਜੇ ਤੱਕ ਨਹੀਂ ਦੱਸਿਆ ਜਾ ਰਿਹਾ ਕਿ ਮਾਮਲਾ ਕਿਹੜੇ ਮਾਮਲੇ ਦੇ ਤਹਿਤ ਪੂਰੀ ਦੀ ਪੂਰੀ ਕਾਰਵਾਈ ਹੋਈ ਹੈ ਪਰ ਜੋ ਮੁੱਢਲੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਈਡੀ ਦੇ ਵੱਲੋਂ ਰੇਡ ਕੀਤੀ ਗਈ ਹੈ